ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਦੋ ਦਿਨਾਂ ਤੋਂ ਜੋ ਸੋਸ਼ਲ ਮੀਡੀਆ ਦੇ ਉੱਤੇ ਅਖੌਤੀ ਪਖੰਡੀ ਨਰੈਣ ਦਾਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਸਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰ ਦੇ ਵਾਸਤੇ ਬੜੇ ਅਪਮਾਨਜਨਕ ਸ਼ਬਦ ਵਰਤੇ ਆ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਗਤਾਂ ਦੀ ਬਾਣੀ 'ਤੇ ਬੜੀ ਵੱਡੀ ਸ਼ੰਕਿਆ ਜਿਹੜੀ ਉਸਨੇ ਕੀਤੀ ਆ। ਮੈਂ ਸਮਝਦਾ ਇਸ ਦੀ ਜਿੰਨੀ ਵੀ ਨਿਖੇਧੀ ਹੋਵੇ ਥੋੜ੍ਹੀ ਆ, ਪਰ ਹੁਣ ਜਿਸ ਤਰ੍ਹਾਂ ਕਹਿੰਦੇ ਸਿਰ ਤੋਂ ਪਾਣੀ ਟੱਪ ਚੁੱਕਿਆ ਵਾ, ਹੁਣ ਇਕੱਲੇ ਨਿਖੇਧੀ ਜਾਂ ਅਖਬਾਰੀ ਬਿਆਨਬਾਜ਼ੀ ਨਾਲ ਨਹੀਂ ਸਰਨਾ। ਇਹ ਜਿਹੜਾ ਅਖੌਤੀ ਨਰੈਣ ਦਾਸ ਆ, ਇਹਦੇ ਕਈ ਅਨੁਸਾਰ ਹੀ ਇਹ ਕਹਿੰਦਾ ਕਿ ਜਿਹੜਾ ਨਵੀਂ ਖੋਜ ਕਰੇ ਉਹਨੂੰ ਨੋਬਲ ਪੁਰਸਕਾਰ ਦਿੱਤਾ ਜਾਂਦਾ, ਤਾਂ ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਆਪਣਾ ਪਤਾ ਟਿਕਾਣਾ ਦੱਸੇ ਜਾਂ ਕੋਈ ਵੀ ਇਹਨੂੰ ਜਾਣਦਾ ਹੋਵੇ ਉਹਦਾ ਪਤਾ ਟਿਕਾਣਾ ਦੱਸੇ, ਤਾਂ ਕਿ ਪੂਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਔਰ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਵਾਜੇ ਖਾਲਸਾ ਪੰਥ ਦੇ ਇਕੱਠ ਦੇ ਵਿੱਚ ਇਹਨੂੰ ਖਾਲਸਾਈ ਸਿਧਾਂਤਾਂ ਅਨੁਸਾਰ ਜਿਹੜਾ ਨੋਬਲ ਪੁਰਸਕਾਰ ਆ ਉਹ ਦਿੱਤਾ ਜਾਵੇ। ਇਹਨੂੰ ਛੇਤੀ ਆਪਣਾ ਐਡਰੈਸ ਦੱਸਣਾ ਚਾਹੀਦਾ ਤਾਂ ਕਿ ਨੋਬਲ ਪੁਰਸਕਾਰ ਤੋਂ ਵਾਂਝਾ ਨਾ ਰਹਿ ਜਾਵੇ। ਪਰ ਮੈਂ ਨਾਲ ਹੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੇ ਪਖੰਡੀ ਲੋਕਾਂ ਦਾ ਜਿਹੜਾ ਭਗਵਾ ਲਿਬਾਸ ਪਾ ਕੇ, ਮੈਂ ਵੀ ਸਮਝਦਾ ਕਿ ਨਾ ਇਹ ਉਦਾਸੀ ਨਾ ਨਿਰਮਲਾ ਲੱਗਦਾ, ਉਦਾਸੀਆਂ ਨਿਰਮਲਿਆਂ ਨੇ ਵੀ ਕਹਿ ਦਿੱਤਾ ਕਿ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਆ। ਬਾਬਾ ਸ਼੍ਰੀ ਚੰਦ ਦੀ ਫੋਟੋ ਲਾ ਕੇ ਐਡਿਟ ਕਰਕੇ ਉਸਨੇ ਇਹ ਜਿਹੜਾ ਸਿੱਖ ਸੰਗਤ ਦੇ ਵਿੱਚ ਬਹੁਤ ਵੱਡੀ ਦੁਬਧਾ ਜਿਹੜੀ ਆ ਉਹ ਖੜੀ ਕਰਨ ਵਾਸਤੇ ਇਹੋ ਜਿਹਾ ਕੰਮ ਜਿਹੜਾ ਉਹ ਕੀਤਾ ਵਾ, ਔਰ ਇਹ ਅਖੌਤੀ ਪਖੰਡੀ ਨੂਰ ਮਹਿਲੀਏ ਦਾ ਚੇਲਾ ਜਿਹੜਾ ਇਹ ਲੱਗਦਾ ਵਾ ਇਹ ਨਰੈਣ ਦਾਸ। ਪਰ ਇਹ ਜਿਹੜੇ ਕਾਰਨ ਤਾਂ ਹੀ ਇਸ ਤਰ੍ਹਾਂ ਦੇ ਵਾਪਰਦੇ ਆ ਕਿ ਸਾਡੇ ਕੁਝ ਸਿੱਖ ਲਿਬਾਸ ਵਿੱਚ ਪ੍ਰਚਾਰਕਾਂ ਨੇ ਔਰ ਕੁਝ ਅਖੌਤੀ ਜਥੇਦਾਰ ਐਸ ਜੀ ਪੀ ਸੀ ਨੇ ਵੀ ਇਸ ਤਰ੍ਹਾਂ ਦੀ ਜਿਹੜੀਆਂ ਸ਼ੰਕਾਵਾਂ ਖੜੀਆਂ ਕੀਤੀਆਂ। ਜਿਵੇਂ ਸਿੱਖ ਇਤਿਹਾਸ ਨਾਂ ਦੀ ਪੁਸਤਕ ਐਸ ਜੀ ਪੀ ਸੀ ਵੱਲੋਂ ਛਾਪੀ ਗਈ, ਅਖੌਤੀ ਜਥੇਦਾਰ ਸਾਹਿਬਜ਼ਾਦਿਆਂ ਨੂੰ ਦੇਵੀ ਦੇਵਤਿਆਂ ਦੇ ਅਵਤਾਰ ਦੱਸਦਾ, ਔਰ ਸਾਡੇ ਸਿੱਖ ਲਿਬਾਸ ਦੇ ਵਿੱਚ ਪ੍ਰਚਾਰਕ ਬਾਣੀ ਦੇ ਇਤਿਹਾਸ ਤੇ ਸਿੱਖ ਪਰੰਪਰਾਵਾਂ ਮਰਿਆਦਾਵਾਂ ਤੇ ਸ਼ੰਕਾ ਕਰਦੇ ਆ, ਉਹਦੇ ਕਾਰਨ ਹੀ ਮੈਂ ਸਮਝਦਾ ਇਹੋ ਜਿਹੇ ਪਖੰਡੀ ਲੋਕਾਂ ਦਾ ਹੌਸਲਾ ਪਿਆ। ਪਰ ਜਿਹੜੇ ਸਾਡੇ ਘਰ ਦੇ ਮਸਲੇ ਆ ਸਿੱਖ ਪ੍ਰਚਾਰਕਾਂ ਦੇ ਜਾਂ ਐਸ ਜੀ ਪੀ ਸੀ, ਇਹ ਕਦੋਂ ਵੀ ਬੈਠ ਕੇ ਅਸੀਂ ਨਜਿੱਠ ਸਕਦੇ ਹਾਂ, ਪਰ ਕੋਈ ਵੀ ਗੈਰ ਸਿੱਖ ਪਖੰਡੀ ਇਹੋ ਜਿਹਾ ਜਿਹੜਾ ਭਗਵਾ ਨਰੈਣ ਦਾਸ ਵਰਗਾ ਬਾਣੀ ਤੇ ਜਾਂ ਗੁਰੂ ਸਾਹਿਬ ਤੇ ਸ਼ੰਕਾ ਕਰੇ ਇਹਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਸੋ ਇਸ ਕਰਕੇ ਨਰੈਣ ਦਾਸ ਨੂੰ ਜਲਦੀ ਤੋਂ ਜਲਦੀ ਆਪਣਾ ਪਤਾ ਟਿਕਾਣਾ ਦੱਸਣਾ ਚਾਹੀਦਾ, ਉਹਨੂੰ ਸਾਹਮਣੇ ਆਉਣਾ ਚਾਹੀਦਾ ਨੋਬਲ ਪੁਰਸਕਾਰ ਲੈਣ ਵਾਸਤੇ, ਤੇ ਜਿਹੜਾ ਪੁਰਸਕਾਰ ਖਾਲਸਾ ਪੰਥ ਦਿੰਦਾ ਉਹਦੇ ਵਾਸਤੇ ਖਾਲਸਾ ਪੰਥ ਤਿਆਰ ਆ, ਤੇ ਅਸੀਂ ਇਹਨੂੰ ਇਨਾਮ ਦੇਣਾ ਚਾਹੁੰਦੇ ਹਾਂ ਉਹ ਨੋਬਲ ਪੁਰਸਕਾਰ ਇਹ ਜਲਦੀ ਤੋਂ ਜਲਦੀ ਸਾਹਮਣੇ ਆਵੇ ਤਾਂ ਕਿ ਨੋਬਲ ਪੁਰਸਕਾਰ ਤੋਂ ਵਾਂਝਾ ਨਾ ਰਹਿ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।